ਆਹ ਦੇਸੀ ਤਰੀਕੇ ਨਾਲ ਤਿਆਰ ਕਰੇ ਹੋਏ ਛੋਲੇ ਜੀ ਜੇ ਤੁਸੀਂ ਨੇ ਖਾ ਲੇ ਨਾ ਤਾਂ ਤੁਹਾਡੇ ਅੰਦਰ ਖੰਗ ਰਹਿਣੀ ਨਾ ਤੁਹਾਨੂੰ ਕਦੇ ਟੀਵੀ ਦੇ ਚਾਂਸ ਰਹਿਣੇ ਕਿਉਂਕਿ ਟੀਵੀ ਹੈ ਜਿਹੜਾ ਜੀ ਜ਼ਿਆਦਾਤਰ ਉਹ ਖੰਗਦੋ ਹੁੰਦਾ ਤੇ ਆਹ ਜਿਹੜੇ ਛੋਲੇ ਆਪਾਂ ਤਿਆਰ ਕਰ ਰਹੇ ਆ ਇਹ ਤੁਹਾਡੇ ਅੰਦਰੋਂ ਸਾਰੀਆਂ ਬਿਮਾਰੀਆਂ ਚੱਕ ਦੇਣਗੇ ਆਹ ਛੋਲੇ ਆਪਾਂ ਨੇ ਥਾਲੇ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਥੋੜੀ ਜੀ ਆਪਾਂ ਹਲਦੀ ਲਾਤੀ ਥੋੜਾ ਜਿਹਾ ਆਪਾਂ ਨੇ ਨਮਕ ਲਾਇਆ ਤੇ ਇਸ ਤੋਂ ਬਾਅਦ ਹਲਕਾ ਜਿਹਨੂੰ ਪਾਣੀ ਦਾ ਛੱਟਾ ਲਾਤਾ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਇਸ ਤਰੀਕੇ ਨਾਲ ਤਿਆਰ ਕਰਨਾ ਹੈ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੂਰ ਕਰਨਗੇ ਅੰਦਰ ਦੀਆਂ ਇਹ ਜੀਆਂ ਬਹੁਤ ਜ਼ਿਆਦਾ ਬਿਮਾਰੀਆਂ ਨੇ ਜਿਹੜੀਆਂ ਦੁੱਧ ਦਹੀਂ ਨਾਲ ਵੀ ਨਹੀਂ ਠੀਕ ਹੁੰਦੀਆਂ ਦਵਾਈਆਂ ਨਾਲ ਵੀ ਨਹੀਂ ਠੀਕ ਹੁੰਦੀਆਂ ਉਹਨਾਂ ਨੂੰ ਆਹ ਛੋਲੇ ਠੀਕ ਕਰਨਗੇ ਠੀਕ ਹੈ ਆਹ ਛੋਲੇ ਤੁਸੀਂ ਇੱਕ ਵਾਰੀ ਖਾ ਲੇ ਤੁਸੀਂ ਇੱਕਿਆਰ ਰਿਜ਼ਲਟ ਦੇਖ ਲਈਓ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਤੁਸੀਂ ਇੱਕ ਹਫ਼ਤਾ ਇਹਦਾ ਰਿਜ਼ਲਟ ਕਰਕੇ ਦੇਖ ਲਈਓ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਸਰੀਰ ਦੇ ਸਾਡੇ ਗਿਆ ਕੀ ਆ ਠੀਕ ਹੈ ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਨੇ ਇਸ ਤਰੀਕੇ ਨਾਲ ਥੋੜਾ ਜਿਹਾ ਅਲੱਗ-ਅਲੱਗ ਕਰ ਲੈਣਾ ਜੀ ਤੇ ਇੱਕ ਇੱਕ ਚੀਜ਼ ਹੋਰ ਦੱਸਦਾ ਵੀ ਇਹ ਦੇਸੀ ਫਾਰਮੂਲਾ ਹੈ ਬਹੁਤ ਪੁਰਾਣਾ ਫਾਰਮੂਲਾ ਹੈ ਇਸ ਤੋਂ ਬਾਅਦ ਆਪਾਂ ਨਮਕ ਪਾ ਲਾਂਗੇ ਜੀ ਕਿਸੇ ਵਧੀਆ ਭਾਂਡੇ ਦੇ ਵਿੱਚ ਹੋ ਸਕੇ ਤੁਹਾਡੇ ਘਰੇ ਕੜਾਈਆਂ ਹੈਗੇ ਉਹਦੇ ਵਿੱਚ ਪਾ ਲਓ ਇਸ ਟਾਈਪ ਦੀ ਬਾਟੀ ਜਾਂ ਕੜਾਈਆਂ ਹੈਗੇ ਉਹਦੇ ਵਿੱਚ ਪਾ ਲਓ ਨਮਕ ਨੂੰ ਆਪਾਂ ਨੇ ਚੰਗੀ ਤਰ੍ਹਾਂ ਪਕਾ ਲੈਣਾ ਹੈ ਜੀ ਠੀਕ ਹੈ ਕਾਫੀ ਇੱਥੇ ਥੋੜਾ ਜਿਹਾ ਟਾਈਮ ਤਾਂ ਲੱਗ ਜੂਗਾ ਆਪਾਂ ਨੂੰ ਤੁਸੀਂ ਚੁੱਲੇ ਤੇ ਤਿਆਰ ਕਰਨਾ ਚੁੱਲੇ ਤੇ ਕਰ ਲਓ ਪਰ ਮੈਂ ਕਹਿੰਦਾ ਵੀ ਜਿਹੜੇ ਨੌਜਵਾਨ ਮੁੰਡੇ ਨੇ ਉਹਨਾਂ ਵਾਸਤੇ ਤਾਂ ਇਹ ਮੈਂ ਕਹਿੰਦਾ ਖਰਾਕ ਬਹੁਤ ਜ਼ਿਆਦਾ ਲਾਹੇਵੰਦ ਹੈ ਯਾਰ ਤੁਸੀਂ ਚਾਹੀ ਇਹਨੂੰ ਸਵੇਰੇ ਯੂਜ਼ ਕਰ ਲਓ ਚਾਹੀ ਸ਼ਾਮ ਨੂੰ ਕਰ ਲਓ ਜੀ ਆਪਾਂ ਜਿੰਨੇ ਵੀ ਉਹ ਆਪਣੇ ਛੋਲੇ ਸੀ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਇਸ ਕੜਾਈ ਦੇ ਵਿੱਚ ਪਾ ਲੈਣਾ ਇੱਕ ਟ੍ਰਿਕ ਹੋਰ ਯਾਦ ਯਾਦ ਰੱਖਿਓ ਤੁਸੀਂ ਇਹਦੇ ਵਿੱਚ ਇੱਕ ਤੁਹਾਨੂੰ ਮੈਂ ਦੱਸ ਵੀ ਦਿੰਨਾ ਇਹਦਾ ਜਿਹੜਾ ਅਸਲੀ ਮਸਲਾ ਕੀ ਹੈ ਹੁਣ ਬਹੁਤ ਲੋਕ ਇਹ ਕਹਿਣਗੇ ਵੀ ਯਾਰ ਭੁੰਨੇ ਹੋਏ ਛੋਲੇ ਤਾਂ ਜਾ ਕੇ ਦੁਕਾਨ ਤੋਂ ਲੈ ਲਓ ਉੱਥੋਂ ਖਾ ਲਓ ਆਮਨ ਵਾਲੇ ਜਿਹੜਾ ਐਡਾ ਕੀ ਵੀ ਚੱਕਰ ਹੈ ਇਹ ਚੱਕਰ ਹੈਗਾ ਜੀ ਬਹੁਤ ਵੱਡਾ ਚੱਕਰ ਹੈ ਇਹ ਜਿਹੜੇ ਛੋਲੇ ਨੇ ਦੇਸੀ ਛੋਲੇ ਨੇ ਜੀ ਠੀਕ ਹੈ ਜਿਹੜੇ ਆਪਾਂ ਆ ਨਮਕ ਦੇ ਵਿੱਚ ਭੁੰਨ ਰਹੇ ਹਾਂ ਹੁਣ ਤੁਸੀਂ ਜਿਹੜੇ ਦੁਕਾਨ ਤੋਂ ਜਾ ਕੇ ਛੋਲੇ ਲਓਂਗੇ ਉਹਨਾਂ ਦਾ ਐ ਨਹੀਂ ਪਤਾ ਵੀ ਉਹ ਕਦੋਂ ਦੇ ਭੁੰਨੇ ਹੋਏ ਨੇ ਠੀਕ ਹੈ ਕਿਉ ਤੇ ਉਹਨਾਂ ਦੇ ਵਿੱਚ ਜਿਹੜੀ એનર્ਜੀ ਹੋਊਗੀ ਤੁਸੀਂ ਉਹ ਦੇਖਿਓ ਠੀਕ ਹੈ ਹੁਣ ਦੁਕਾਨ ਤੇ 2 ਸਾਲ ਪਹਿਲਾਂ ਦੇ ਭੁੰਨੇ ਹੋਈ ਛੋਲੇ ਪਏ ਨੇ ਉਹ ਚੱਕ ਕੇ ਤੁਸੀਂ 10 ਰੁਪਏ ਦੇ ਇੱਕ ਦਿਨ ਖਾ ਲੇ ਤੁਸੀਂ ਕਹੋਗੇ ਮੇਰੀ ਖੰਗ ਨਹੀਂ ਖਤਮ ਹੋਈ ਜਾਂ ਮੇਰੇ ਅੰਦਰ એનર્ਜੀ ਨਹੀਂ ਆਈ ਪਰ ਤੁਸੀਂ ਜੀ ਇਸ ਤਰੀਕੇ ਨਾਲ ਆਪਦੇ ਘਰੇ ਵਧੀਆ ਦੇਸੀ ਛੋਲੇ ਲਿਆ ਕੇ ਵਧੀਆ ਦੇਸੀ ਨਮਕ ਪਾ ਲਿਓ ਕੜਾਈ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਭੁੰਨ ਕੇ ਰੱਖ ਲਿਓ ਇਹਦਾ ਤੁਹਾਨੂੰ ਇੱਕ ਡੈਮੋ ਹੀ ਦਿਖਾਈ ਹੈ ਤੁਸੀਂ ਚਾਹੇ 1/2 ਕਿਲੋ ਕਿਲੋ ਇਕੱਠੇ ਭੁੰਨ ਲਓ ਦਿਨ ਦੇ ਵਿੱਚ ਜਦੋਂ ਵੀ ਤੁਹਾਨੂੰ ਭੁੱਖ ਲੱਗਦੀ ਹੈ ਕੋਈ ਤੁਸੀਂ ਬਿਸਕੁਟ ਨਾ ਖਾਓ ਪੂਜੀਆ ਨਾ ਖਾਓ ਕੋਈ ਐਕਸਟਰਾ ਚ ਆਕਮਲ ਕਿਉਂਕਿ ਤੁਹਾਨੂੰ ਪਤਾ ਹੈ ਜੀ ਵੀ ਜਿਹੜੇ ਕੋੜੇ ਨੇ ਉਹ ਵੀ ਛੋਲੇ ਖਾਂਦੇ ਨੇ ਤੇ ਤਾਕਤ ਦੇਖੋ ਤੁਸੀਂ એનર્ਜੀ ਦੇਖੋ ਵੀ ਉਹਨਾਂ ਦੀ ਕਿੰਨੀ ਹੁੰਦੀ ਹੈ ਠੀਕ ਹੈ ਦਿਨ ਚ ਤੁਹਾਨੂੰ ਜਦੋਂ ਵੀ ਇੱਕ ਵਾਰੀ ਆਏ ਹੁੰਦਾ ਯਾਰ ਵੀ ਭੁੱਖ ਜੀ ਫੀਲ ਹੋ ਰਹੀ ਹੈ ਯਾਰ ਥੋੜੀ ਜੀ ਕੀ ਖਾਈਏ ਉਦੋਂ ਹੋਰ ਸਾਰੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਆ ਭੁੰਨ ਕੇ ਛੋਲੇ ਆ ਹੁਣ ਵਧੀਆ ਤਰੀਕੇ ਨਾਲ ਤੁਸੀਂ ਦੇਖ ਲਓ ਵੀ ਇਹ ਭੁੰਨਣ ਲੱਗੇ ਤੁਸੀਂ ਆਪ ਹੀ ਇਹਦਾ ਦੇਖ ਲਿਆ ਹੋਣਾ ਹਨਾ ਸਾਹਮਣੇ ਤੁਹਾਨੂੰ ਕੜਾਈ ਦੇ ਵਿੱਚ ਦਿਖ ਰਿਹਾ ਵੀ ਇਹ ਭੁੰਨਣੇ ਸ਼ੁਰੂ ਹੋ ਗਏ ਆਪਣੀਆਂ ਪ੍ਰਾਣੀਆਂ ਜਿਹੜੀਆਂ ਮਾਵਾਂ ਨੇ ਦਾਦੀਆਂ ਨੇ ਉਹਨਾਂ ਨੂੰ ਤਾਂ ਪਤਾ ਹੀ ਯਾਰ ਉਹ ਤਾਂ ਬਥੇਰੇ ਛੋਲੇ ਉਹਨਾਂ ਨੇ ਭੁੰਨ ਖਾਓ ਠੀਕ ਹੈ ਤੇ ਉਸ ਤੋਂ ਬਾਅਦ ਪਾਣੀ ਨਾ 10 15 ਮਿੰਟ ਪੀਓ ਜੇ ਜ਼ਿੰਦਗੀ ਤੇ ਤੁਹਾਨੂੰ ਕਦੇ ਖੰਗ ਜਖਾਮ ਹੋ ਗਿਆ ਤਾਂ ਕਹਿ ਦਿਓ ਤੇ ਤੁਹਾਨੂੰ એનર્ਜੀ ਡਬਲ ਟ੍ਰਿਪਲ ਆਉਗੀ ਇਹ ਬਹੁਤ ਸਸਤੇ ਤਿਆਰ ਹੋ ਜਾਂਦੇ ਨੇ ਜੀ ਜਿਹੜੇ ਆਮ ਦਿਹਾੜੀਦਾਰ ਲੋਕ ਨੇ ਉਹ ਜ਼ਰੂਰ ਖਾਣ ਉਹਨਾਂ ਦੀ ਢੂਈ ਵੀ ਨਹੀਂ ਕਦੇ ਦਰਦ ਕਰਨੀ